ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਨੇ ਸਾਰਿਆਂ ਦੇ? ਮੈਂ ਤੁਹਾਡਾ ਆਪਣਾ ਗੁਰਦੀਪ ਸਿੰਘ ਚਹਿਲ ਸਵਾਗਤ ਕਰਦਾ ਸਾਰੇ। ਮੈਂ ਤੁਹਾਡੇ ਆਪਣੀ ਗਗਨਦੀਪ ਕੌਰ ਸਵਾਗਤ ਕਰਦੇ ਹਾਂ ਸਾਡੇ ਯੂਟਿਊਬ ਚੈਨਲ ਦੀਪ ਗਗਨ 41 ਤੇ। ਅਤੇ ਅੱਜ ਅਸੀਂ ਸਵੇਰੇ ਸਵੇਰੇ ਰੈਡੀ ਹੋਏ ਹਾਂ। ਤੁਸੀਂ ਸੋਚਦੇ ਹੋ ਕਿੱਧਰ ਚੱਲਿਆ, ਇਹ ਦੱਸਣਗੇ ਸਾਨੂੰ ਗਗਨ। ਅੱਜ ਅਸੀਂ ਚੱਲੇ ਹਾਂ ਪਾਰਟੀ 'ਤੇ, ਮੇਰੇ ਕਾਲਜ 'ਚ ਪਾਰਟੀ ਆ। ਮੈਂ ਇਕੱਲਾ ਹੀ ਚੱਲਿਆ, ਦੀਪ ਨਹੀਂ ਚੱਲਿਆ। ਮੈਂ ਇਹਨਾਂ ਨੂੰ ਬਸ ਛੱਡਣ ਹੀ ਚੱਲਿਆ ਜੀ। ਅੱਜ ਸਾਡੀ ਘਰ ਕਾਰ ਹੈ ਨਹੀਂ ਜੀ, ਕਾਰ ਕੋਈ ਆਪਣਾ ਯਾਰ ਮਿੱਤਰ ਲੈ ਕੇ ਗਿਆ ਹੋਇਆ, ਇਸ ਲਈ ਅੱਜ ਆਪਾਂ ਇੱਥੇ ਚੱਲਾਂਗੇ। ਅੱਜ ਸਪਲੈਂਡਰ 'ਤੇ ਜਾ ਰਹੇ ਹਾਂ ਜੀ ਅਸੀਂ। ਪਹਿਲੀ ਵਾਰ ਗਗਨ ਨੂੰ ਮੈਂ ਮੋਟਰਸਾਈਕਲ 'ਤੇ ਲੈ ਕੇ ਜਾ ਰਿਹਾ, ਯਾਨੀ ਕਿ ਇੱਥੇ ਤਾਂ ਆਪਾਂ ਬਹੁਤ ਵਾਰ ਗਏ ਹਾਂ ਪਰ ਦੂਰ ਕਿਤੇ ਪਹਿਲੀ ਵਾਰ ਜਾ ਰਹੇ ਹਾਂ। ਦੇਖੋ ਕੀ ਰਿਐਕਸ਼ਨ ਹੁੰਦੇ ਆ, ਬਾਕੀ ਤੁਹਾਨੂੰ ਦੱਸਾਂਗੇ। ਕਰਦੇ ਜੀ ਬਲੌਗ ਕੰਟੀਨਿਊ, ਪਹੁੰਚ ਕੇ ਉੱਥੇ ਮਿਲਦੇ ਹਾਂ। ਰਿਐਕਸ਼ਨ ਦੇਖੋ ਜੀ, ਹਜੇ ਆਪਾਂ ਨੂੰ 2 ਕਿਲੋਮੀਟਰ ਹੋਏ ਆ ਚੱਲਦਿਆਂ ਨੂੰ। ਉਹਨਾਂ ਨੇ ਮੋਟਰਸਾਈਕਲ ਰੋਕ ਵੀ ਲਿਆ, ਕਹਿੰਦੀ ਮੇਰੇ ਵਾਲ ਉੱਡਦੇ ਆ, ਮੇਰੇ ਵਾਲ ਖਰਾਬ ਹੋ ਜਾਂਦੇ ਆ, ਅਤੇ ਸੈੱਟ ਕਰਕੇ ਚੁੰਨੀ ਲੈਂਦੇ ਹੋਏ। ਰੈਡੀ ਡਾਕੂ ਕਾਲਾ ਮਾਨ ਰੈਡੀ ਹੈ ਜੀ। ਗਗਨਦੀਪ ਕੌਰ ਡਾਕੂ ਦੱਸ ਡੋਗਰਾ, ਅਸੀਂ ਕਿੱਧਰ ਨੂੰ ਚੱਲਿਆ? ਹਾਂਜੀ, ਆਪਾਂ ਪਾਰਟੀ ਤੋਂ ਆ ਗਏ ਘਰੇ। ਟਾਈਮ ਹੋ ਗਿਆ 3:20, ਹੁਣ ਆਪਾਂ ਤੁਹਾਨੂੰ ਮਿਲਾਉਂਦੇ ਹਾਂ ਆਪਣੇ ਵੀਰੇ ਅਤੇ ਮੰਮਾ ਨਾਲ। ਹਾਂਜੀ, ਉਹ ਬੈਠਾ ਵਾ ਮੇਰਾ ਵੀਰਾ, ਹੈਲੋ ਹਾਏ। ਉਹ ਬੈਠਿਆ ਮੇਰੀ ਮੰਮਾ, ਉਹ ਬੈਠਿਆ ਦੀਪ। ਹੁਣ ਤੁਹਾਨੂੰ ਮਿਲਦੇ ਹਾਂ ਆਪਾਂ। ਹੁਣ ਗਰਮੀ ਬਹੁਤ, ਆਪਾਂ ਖਾਣ ਲੱਗਿਆ ਪਹਿਲਾਂ ਆਈਸਕ੍ਰੀਮ ਤੁਹਾਨੂੰ ਦਿਖਾਉਂਦੇ ਹਾਂ। ਹਾਂਜੀ, ਸੋ ਉਸ ਤੋਂ ਬਾਅਦ ਆਈਸਕ੍ਰੀਮ ਖਾ ਕੇ ਫਿਰ ਤੁਹਾਨੂੰ ਮਿਲ ਜਾ। ਦੇਖੋ ਜੀ ਦੀਪ ਕਿੰਨਾ ਭੁੱਖਾ ਵਾ, ਦੇਖੋ ਜੀ। ਹਾਂਜੀ, ਹੁਣ ਅਸੀਂ ਮਿਲਦੇ ਆਈਸਕ੍ਰੀਮ ਖਾ ਕੇ। ਹਾਂਜੀ, ਆਪਣੇ ਨਾਲ ਹੋਈ ਆ ਚੀਟਿੰਗ, ਆਪਣੀ ਆਈਸਕ੍ਰੀਮ ਗਗਨ ਖੋ ਕੇ ਲੈ ਗਈ, ਆਪਣੇ ਕੋਲ ਇੱਕ ਆਈਸਕ੍ਰੀਮ ਹੀ ਰਹਿ ਗਈ, ਬਾਕੀ ਸਾਰੀਆਂ ਖਾਈ ਜਾਂਦੇ ਆ। ਬੋਲੋ ਜੀ, ਇੱਕ ਹੀ ਰਹਿ ਗਈ, ਇੱਕ ਕਿਉਂ ਝੂਠ ਨਹੀਂ ਬੋਲਣਾ ਆਪਣੇ ਮੂਹਰੇ? ਆ ਤਾਂ ਸਾਰੇ ਉਹ ਨੇ ਰੈਪਰ ਨੇ, ਲੱਖੂ ਕੋਲ ਵੀ 2 ਨੇ, ਮਾਤਾ ਕੋਲੇ ਵੀ ਨੇ, ਉਹ ਕੂਲਰ ਤੇ ਪਈਆਂ ਕਿਸੇ ਦੀਆਂ, ਉਹ ਵਾਲੀਆਂ ਚੱਖਣ ਵਾਲੀਆਂ ਨੇ। ਗਗਨ ਉਹ ਵਾਲੀਆਂ ਮੈਂ ਖਾ ਲੂੰ, ਠੀਕ ਆ? ਨਹੀਂ ਤੇਰੀਆਂ ਤਾਂ ਨਹੀਂ, ਤੇਰੇ ਕੋਲ ਤਾਂ ਇੱਕ ਹੀ ਆ। ਕਿਵੀਂ ਆਈਸਕ੍ਰੀਮ ਹੋ ਗਈ? ਪਹਿਲੀ ਕੋਈ ਨਹੀਂ ਹੈਗੀ, ਸੈਕਿੰਡ ਹੋ ਗਈ ਆ, ਉਹ ਪਈਆਂ 2 ਵਜੇ ਹੋਰ। ਆਹ ਕਿਹੜਾ ਸਟਾਈਲ ਆ ਤੇਰਾ ਤੁਰ ਕੇ ਖਾਣ ਦਾ? ਹਾਂਜੀ ਗਗਨ ਦੀ, ਆਪਾਂ ਆਈਸਕ੍ਰੀਮ ਇੱਕ ਕਰ ਲਈ ਚੋਰੀ, ਹੁਣ ਆਈਸਕ੍ਰੀਮ ਬਦਲੇ ਆਪਾਂ ਆਈਸਕ੍ਰੀਮ ਦਾ ਸੌਦਾ ਲਾਉਣ ਜਾਣੇ। ਅੱਧੀ ਆਈਸਕ੍ਰੀਮ ਦੇ ਦੇ, ਆਹ ਆਈਸਕ੍ਰੀਮ ਲੈ ਲਾ। ਨਹੀਂ ਫਿਰ ਆਹ ਮੈਂ ਖਾ ਜੂ ਜੀ, ਇੰਨੀ ਅੱਧੀ ਕੀਤੀ। ਨੋ, ਫਿਰ ਆਹ ਆਈਸਕ੍ਰੀਮ ਮੈਂ ਖਾ ਜੂ, ਮੋੜੀ ਜਾਵੇ ਗਗਨ, ਆਈਸਕ੍ਰੀਮ ਮੋੜੀ ਜਾਵੇ, ਦੇਖਦੇ ਨੀ ਆਈਸਕ੍ਰੀਮ ਜਲਦੀ ਮੋੜ। ਬਸ ਫਿਰ ਮੈਂ ਖਾ ਜਾਣੀ ਆ, ਜੇ ਇੱਕ ਬਸ ਜੇ ਇੱਕ ਵਾਰੀ ਹੋਰ ਲਈ ਤਾਂ ਬਸ ਹੁਣ ਨਹੀਂ ਮਿਲਦੀ, ਮੁੜ ਜਾ ਹਜੇ ਵੀ। ਚੱਲ ਠੀਕ ਹੈ ਫਿਰ, ਬਾਏ। ਹਾਂਜੀ, ਆਪਾਂ ਇੱਕ ਆਈਸਕ੍ਰੀਮ ਖੋ। ਆਹ ਕੀ ਆ, ਤੂੰ ਚੀਟਿੰਗ ਕਰਦੀ ਆ। ਹਾਂਜੀ, ਹੁਣ ਆਪਾਂ ਰੋਟੀ ਰੋਟੀ ਖਾ ਲਿਆ, ਠੰਡਾ ਪੀ ਲਿਆ, ਆਈਸਕ੍ਰੀਮ ਖਾ ਲਿਆ, ਹੁਣ ਆਪਾਂ ਚੱਲਦੇ ਹਾਂ। ਟਾਈਮ ਹੋ ਗਿਆ 3:45, ਆਪਾਂ ਚੱਲਦੇ ਹਾਂ। ਮੈਂ ਤਾਂ ਰਾਤ ਦੀ ਹਾਂਜੀ, ਹੁਣ ਦੀ ਵੈਲ ਨਾ ਲੱਗੀ ਆ, ਸੋ ਹੁਣ ਮੈਂ ਵੀ ਮਿਲ ਲਾ ਬੈਰਨ ਹੱਥ ਨੂੰ ਲੱਗ ਦਿੰਦਾ, ਮੇਰੇ ਤਾਂ ਜੱਫੀ ਵੱਜਦਾ, ਸੱਸ ਦੇ ਬੈਰਨ ਹੱਥ ਲੱਗ ਦਿੰਦਾ ਪਤਾ। ਹਾਂਜੀ, ਹੁਣ ਚੱਲ ਕੇ ਮਿਲ। ਹਾਂਜੀ, ਆਪਾਂ ਘਰ ਆ ਚੁੱਕੇ ਹਾਂ, ਟਾਈਮ ਹੋ ਗਿਆ ਵਾ, ਆਪਾਂ 5 ਵਜੇ ਪੂਰੇ ਘਰ ਆ ਗਏ ਸੀਗੇ। ਸੋ ਹੁਣ ਆਪਾਂ ਥੋੜ੍ਹਾ ਟਾਈਮ ਰੈਸਟ ਕਰਦੇ ਹਾਂ, ਦੀਪ ਹੋਏ ਟਰਾਲੀ ਲੈ ਕੇ ਤੂੜੀ ਬਣਾਉਣ ਲੱਗੇ ਆ। ਸੋ ਹੁਣ ਆਪਾਂ ਜੋ ਦੀਪ ਵਾਪਸ ਆਉਣਗੇ ਉਦੋਂ ਤੁਹਾਨੂੰ ਮਿਲਦੇ ਹਾਂ, ਅਤੇ ਫਿਰ ਦੀਪ ਨਾਲ ਵੀ ਮਿਲਾਵਾਂਗੇ। ਉਨਾ ਟਾਈਮ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਵਲੌਗ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ। ਸੋ ਹੁਣ ਆਪਾਂ ਮਿਲਦੇ ਤੁਹਾਨੂੰ ਦੀਪ ਦੇ ਆਏ। ਹਾਂਜੀ, ਦੀਪ ਹਾਲੇ ਤੱਕ ਆਏ ਨੀਗੇ ਤੂੜੀ ਲੈ ਕੇ, ਮਤਲਬ ਕਿ ਇੱਕ ਗੇੜਾ ਤਾਂ ਲਾ ਗਏ, ਹੁਣ ਦੁਆਰ ਤੋਂ ਗਏ ਹੋਏ ਆ। ਟਾਈਮ ਹੁਣ ਹੋ ਗਿਆ 7:22। ਸੋ ਆਪਾਂ ਹੁਣ ਭਾਈਆਂ ਵਾਸਤੇ ਬਣਾਈ ਹੋਈ ਆ ਚਾਹ, ਉਹ ਤੁਹਾਨੂੰ ਦਿਖਾਉਂਦੇ ਹਾਂ।
ਹਾਂਜੀ ਆਪਣੀ ਚਾਹ ਬਣੀ ਜਾਂਦੀ ਹੈ ਜੇ ਚਾਹ ਬਣ ਗਈ ਉਸ ਤੋਂ ਬਾਅਦ ਆਪਾਂ ਗੁੰਨਾਂਗੇ ਆਟਾ ਉਹ ਵੀ ਤੁਹਾਨੂੰ ਦਿਖਾਵਾਂਗੇ ਹੁਣ ਚਾਹ ਬਣ ਲੈ ਮਿਲਦੇ ਹਾਂ ਤੁਹਾਨੂੰ ਚਾਹ ਬਣਾ ਕੇ ਆਟਾ ਗੁੰਨ ਲਈ ਹਾਂਜੀ ਤੂੜੀ ਦਾ ਅੱਜ ਆਪਣਾ ਲਾਸਟ ਦਿਨ ਹੈ ਅਤੇ ਕੰਮ ਬਸ ਨਿਸ਼ੀ ਹੈ ਹਾਂਜੀ ਆਪਾਂ ਹੋ ਚੁੱਕੇ ਹਾਂ ਹੁਣ ਫ੍ਰੀ ਤੂੜੀ ਵਗੈਰਾ ਦਾ ਅੱਜ ਨਿਬੜ ਗਿਆ ਅੱਜ ਤੋਂ ਆਪਾਂ ਫ੍ਰੀ ਹਾਂ ਮਹੀਨੇ ਲਈ ਕਿਉਂਕਿ ਹੁਣ ਮਹੀਨਾ ਆਪਾਂ ਰੈਸਟ ਕਰਾਂਗੇ ਘੁੰਮਾਂ ਫਿਰਾਂਗੇ ਐਸ਼ ਕਰਾਂਗੇ ਅੱਗੇ ਦੇ ਐਗਜ਼ਾਮ ਨੇ ਇਹਨੂੰ ਤੋਰ ਦਾਂਗੇ ਪਿੰਡ ਆਪਾਂ ਲਵਾਂਗੇ ਨਜ਼ਾਰੇ ਅਤੇ ਜੀ ਅੱਜ ਗਗਨ ਜਾ ਕੇ ਆਈਏ ਜੀ ਫੇਅਰਵੈਲ ਪਾਰਟੀ 'ਤੇ ਮੇਰੀ ਕਾਲਜ 'ਚ ਅੱਜ ਫੇਅਰਵੈਲ ਪਾਰਟੀ ਸੀ ਪਲੱਸ ਟੂ ਵਾਲਿਆਂ ਦੀ ਸੋ ਪਲੱਸ ਵਨ ਵਾਲਿਆਂ ਨੇ ਮਤਲਬ ਕਿ ਬਹੁਤ ਵਧੀਆ ਪਰਫੋਰਮ ਕੀਤਾ ਉੱਥੇ ਕਮੈਂਟ ਹੀ ਵਧੀਆ ਲਾਏ ਉਹਨਾਂ ਨੇ ਅਤੇ ਸਾਨੂੰ ਗਿਫਟ ਵਿੱਚ ਉਹਨਾਂ ਨੇ ਦਿੱਤੇ ਆ ਇਹ ਵਾਲੇ ਰੋਜ਼ ਅਤੇ ਇਹ ਵਾਲਾ ਕਮੈਂਟ ਆ ਮੇਰਾ ਪੜ੍ਹ ਕੇ ਵੀ ਸੁਣਾ ਦੋ ਕੰਮ ਸਾਰੇ ਮੈਂ ਕਰੂੰਗੀ ਤੇਰੇ ਘਰ ਦੇ ਦੋ ਸੁਪਨੇ ਜੱਟੀ ਦੇ ਪੂਰੇ ਕਰਦੇ ਨੈਕਸਸ ਲੜੀ ਹੋਇਆ ਦੀਪ ਗਗਨ ਗਗਨਦੀਪ ਕੌਰ ਪਲੱਸ ਟੂ ਆਰਟਸ ਉਸ ਤੋਂ ਗਾਂ ਲਿਖਿਆ ਹੋਇਆ ਸਮਾਈਲ ਐਂਡ ਓਪਨ ਇੱਟ ਸੋ ਬਹੁਤ ਵਧੀਆ ਵਾ ਇਹ ਅਤੇ ਉਹਨਾਂ ਨੇ ਦੀਪ ਐਂਡ ਗਗਨ ਇੱਥੇ ਕਿਉਂ ਲਿਖਿਆ ਦੀਪ ਨੂੰ ਕਿਹੜਾ ਉਹ ਜਾਣਦੇ ਆ ਦੀਪ ਨੂੰ ਉਹ ਜਾਣਦੇ ਆ ਕਿਉਂਕਿ ਉਹ ਮਤਲਬ ਕਿ ਮੇਰੇ ਕਾਲਜ ਬਹੁਤ ਜਾਣੇ ਸਾਡਾ ਬਲੌਗ ਦੇਖਦੇ ਆ ਮੈਨੂੰ ਮਤਲਬ ਕਿ ਅੱਜ ਬਹੁਤ ਜਾਣਿਆਂ ਨੇ ਕਿਹਾ ਸੀਗਾ ਵੀ ਦੀਦੀ ਅਸੀਂ ਤੁਹਾਡਾ ਬਲੌਗ ਦੇਖਦੇ ਹਾਂ ਸੋ ਮੈਨੂੰ ਬਹੁਤ ਵਧੀਆ ਲੱਗਿਆ ਦੀਪ ਨੂੰ ਵੀ ਬਹੁਤ ਜਾਣਿਆਂ ਨੇ ਕਿਹਾ ਜਦੋਂ ਅੱਜ ਮੇਰੀ ਸਕੂਲ ਪੇ ਕਰਨ ਗਏ ਸੀਗੇ ਫੀਸ ਸੋ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਜਿਹੜੇ ਸਾਡਾ ਬਲੌਗ ਦੇਖਦੇ ਆ ਅਤੇ ਇੱਦਾਂ ਹੀ ਦੇਖੀ ਚੱਲਿਓ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਜਦੋਂ ਇੱਦਾਂ ਦੇ ਕਮੈਂਟ ਮਿਲਦੇ ਆ ਆਪਦੀ ਹੌਸਲਾ ਅਫਜਾਈ ਹੁੰਦੀ ਆ ਵੀ ਅਸੀਂ ਕੁਝ ਵਧੀਆ ਕਰ ਰਹੇ ਹਾਂ ਅਤੇ ਲੋਕ ਸਾਡੀ ਪ੍ਰਸ਼ੰਸਾ ਕਰਦੇ ਨੇ ਤਾਂ ਦਿਲੋਂ ਖੁਸ਼ੀ ਹੁੰਦੀ ਆ ਅਤੇ ਅੱਗੇ ਕੰਮ ਕਰਨ ਨੂੰ ਜੀ ਕਰਦਾ ਕੁਝ ਨੈਗੇਟਿਵ ਬੰਦੇ ਵੀ ਮਿਲਦੇ ਆ ਅਤੇ ਸਾਰਾ ਕੁਛ ਹੁੰਦਾ ਜਦੋਂ ਤੁਸੀਂ ਕੋਈ ਵੀ ਕੰਮ ਕਰਦੇ ਹੋ ਤਾਂ ਸਾਰਾ ਤਰ੍ਹਾਂ ਦੇ ਬੰਦੇ ਮਿਲਦੇ ਆ ਉਹ ਤੁਹਾਨੂੰ ਹੌਸਲਾ ਵੀ ਦੇਣੇ ਕੁਛ ਤੁਹਾਡੀਆਂ ਲੱਤਾਂ ਵੀ ਖਿੱਚਣਗੇ ਪਰ ਆਪਾਂ ਡਟੇ ਰਹਿਣਾ ਅਤੇ ਆਪਾਂ ਕੁਛ ਕਰਕੇ ਵਿਖਾਉਣਾ ਲੋਕਾਂ ਨੂੰ ਇਸ ਲਈ ਤੁਸੀਂ ਸਾਡਾ ਸਾਥ ਐਵੇਂ ਦਿੰਦੇ ਰਹੋ ਅਤੇ ਬਲੌਗ ਅਸੀਂ ਸੋਹਣੇ ਸੋਹਣੇ ਬਲੌਗ ਤੁਹਾਡੇ ਲਈ ਬਣਾਉਂਦੇ ਰਹਾਂਗੇ ਕਮੈਂਟ ਕਰਕੇ ਦੱਸਣਾ ਵੀ ਤੁਹਾਨੂੰ ਸਾਡੇ ਬਲੌਗ ਕਿੱਦਾਂ ਨਹੀਂ ਲੱਗਦੇ ਆ ਬੋਰਿੰਗ ਬਲੌਗ ਤਾਂ ਨਹੀਂ ਲੱਗਦੇ ਸਾਡੇ ਅਤੇ ਸਾਨੂੰ ਇਹ ਵੀ ਕਮੈਂਟ ਬਾਕਸ ਦੱਸਣਾ ਵੀ ਅਗਲਾ ਬਲੌਗ ਕਾਹਦੇ 'ਤੇ ਬਣਾਈਏ ਤੁਹਾਨੂੰ ਕਾਹਦੇ 'ਤੇ ਬਲੌਗ ਚਾਹੀਦੇ ਜਿਵੇਂ ਪਹਿਲਾਂ ਇੱਕ ਵਾਰ ਅਸੀਂ ਉਦੋਂ ਸ਼ੁਰੂ ਕੀਤੇ ਸੀਗੇ ਚੈਲੰਜ ਉਦੋਂ ਬਹੁਤ ਜਣਿਆਂ ਦੇ ਕਮੈਂਟ ਹੁੰਦੇ ਸੀ ਵੀ ਇਹ ਚੈਲੰਜ 'ਤੇ ਬਲੌਗ ਬਣਾਓ ਇਹ ਚੈਲੰਜ 'ਤੇ ਬਲੌਗ ਬਣਾਓ ਉਹਨਾਂ 'ਚ ਵੀ ਅੱਧੇ ਚੈਲੰਜ ਪਏ ਆ ਪਰ ਜਦੋਂ ਮਤਲਬ ਕਿ ਅਸੀਂ ਫੁੱਲ ਡੇ ਫ੍ਰੀ ਹੋਵਾਂਗੇ ਉਸ ਦਿਨ ਤੁਹਾਡੇ ਲਈ ਚੈਲੰਜ ਬਣਾਵਾਂਗੇ ਸ਼ਾਇਦ ਤੁਹਾਡੇ ਲਈ ਇੱਕ ਸਰਪ੍ਰਾਈਜ਼ ਹੋਊਗਾ ਹਾਂਜੀ ਤੁਸੀਂ ਵੀ ਬੋਲੋ ਕੁਛ ਕੁਛ ਨਹੀਂ ਬਸ ਹੁਣ ਤਾਂ ਰੈਸਟ ਕਰਨ ਦੀ ਪੂਰੀ ਤਿਆਰੀ ਆ ਮੈਨੂੰ ਨੀਂਦ ਆਈ ਜਾਂਦੀ ਆ ਇੱਥੇ ਕਿਵੇਂ ਤੂੜੀ ਬਣਾਉਂਦੇ ਫਿਰ ਅਤੇ ਬਾਕੀ ਅੱਜ ਮੋਟਰਸਾਈਕਲ 'ਤੇ ਗਏ ਸੀ ਉਹਦਾ ਕਰਕੇ ਥੋੜ੍ਹਾ ਜਿਹਾ ਹਾਂਜੀ ਮੋਟਰਸਾਈਕਲ 'ਤੇ ਬਹੁਤ ਔਖਾ ਹੋ ਗਿਆ ਮੇਰੀਆਂ ਲੱਤਾਂ ਵੀ ਦੁਖਣ ਲੱਗ ਗਈਆਂ ਕਿਉਂਕਿ ਇਹਦੇ ਪਹਿਲੀ ਵਾਰ ਇੰਨੀ ਦੂਰ ਤੱਕ ਮੋਟਰਸਾਈਕਲ 'ਤੇ ਗਈ ਸੀ ਹਾਂਜੀ ਆਪਾਂ ਅੱਜ ਦਾ ਬਲੌਗ ਕਰਦੇ ਹਾਂ ਇੱਥੇ ਐਂਡ ਮਿਲਦੇ ਹਾਂ ਤੁਹਾਨੂੰ ਕੱਲ੍ਹ ਦੇ ਸੋਹਣੇ ਜਿਹੇ ਬਲੌਗ 'ਚ ਸੋ ਕੱਲ੍ਹ ਅਸੀਂ ਕਾਹਦੇ 'ਤੇ ਬਲੌਗ ਬਣਾਵਾਂਗੇ ਉਹ ਤੁਹਾਡੇ ਲਈ ਸਰਪ੍ਰਾਈਜ਼ ਹੋਵੇ ਸ਼ਾਇਦ ਪਤਾ ਨਹੀਂ ਪੱਕਾ ਤਾਂ ਸੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਾਡੇ ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਕਿ ਸਾਡਾ ਬਲੌਗ ਕਿੱਦਾਂ ਨਾਲ ਲੱਗਿਆ ਅੱਜ ਵਾਲਾ ਬਲੌਗ ਸ਼ੇਅਰ ਸ਼ੂਟ ਹੋਵੇ ਹੈ ਨਾ ਦੇਖੋ ਅਤੇ ਫਿਰ ਪਤਾ ਲੱਗ ਜੂਗਾ ਹਾਲੇ ਐਡੀਟਿੰਗ ਕਰਕੇ ਫਿਰ ਜਿੱਡਾ ਕੁ ਵੀ ਹੋਇਆ ਉੱਡੇ ਕੁ ਨੇ ਸਾਨੂੰ ਪਿਆਰ ਦੇ ਦਿਓ ਤੁਹਾਨੂੰ ਤਾਂ ਸਹੀ ਬੋਲਣ ਦਾ ਆਪਾਂ ਕੰਮ ਸਾੜਤਾ ਹੋਣਾ ਹੁਣ ਆਈ ਵੀ ਆ ਚਲ ਠੀਕ ਹੈ ਜੀ ਚਲੋ ਜੀ ਹੁਣ ਮਿਲਦੇ ਹਾਂ ਤੁਹਾਨੂੰ ਕੱਲ੍ਹ ਦੇ ਬਲੌਗ ਵਿੱਚ ਬਾਏ ਬਾਏ ਗੁੱਡ ਨਾਈਟ ਤੁਸੀਂ ਬੋਲੋ ਬਾਏ ਬਾਏ ਗੁੱਡ ਨਾਈਟ ਪ੍ਰਧਾਨ ਜੀ ਕੱਲ੍ਹ ਨੂੰ ਮਿਲਦੇ ਹਾਂ ਨਵੇਂ ਬਲੌਗ ਵਿੱਚ